ਉਹ ਮੈਗ ਰਹਿਣ ਦੇ ਹੁਣ। اعوذ باللہ من الشیطان الرجیم، بسم اللہ الرحمن الرحیم، اول حمد ثنا الہی جو مالک ہر ہر دا، اس دا نام جتارن والا کسے مدان نہ ہر دا، تے رحمت دا دریا الہی ہر دا وقت دا تیرا، جے قطرہ بخشے مینوں تے کم بن جاندا اے میرا، اج دا سجیا ہویا کبڈی دا میلہ، چک نمبر 118 جیمے باٹھاں دی دھرتی، بھاگاں والی دھرتی، گبر شیراں دی دھرتی، ادھر ویکھ ਆ ਗਿਆ ਸਮਾਣੇ ਦਾ ਬੱਬਰ ਸ਼ੇਰ, ਅੱਗੇ ਚਾਰ ਜਫੇ ਲੱਗ ਗਿਆ ਆਦਲ ਸੁਨਿਆਰਾ, ਛੋਟਾ ਪ੍ਰਿੰਸ, ਇਹਨੂੰ ਮੁੰਡੇ ਨੂੰ ਕਹਿੰਦੇ ਛੋਟਾ ਪ੍ਰਿੰਸ, ਧੰਨ ਧੰਨ ਕਰਾਈ ਹੋਈ ਆ ਕੌਡੀ ਦੇ ਵਿੱਚ, ਉੱਧਰ ਵੇਖ ਛੋਟਾ ਪ੍ਰਿੰਸ ਤੇ ਨੰਬਰ ਹੋ ਗਿਆ ਰੇਡਰ ਦਾ, ਆ ਗਿਆ ਟਿਕਟੋਕਰ ਬੁਆਏ ਸਾਰਮ ਬਾਬਾ, ਜਾਨੀ ਸੁਨਿਆਰੇ ਦਾ ਛਿੰਦਾ ਸ਼ਗੀਰ, ਅੱਜ ਖੇਡ ਮੈਦਾਨ, ਉਹ ਖੇਡ ਮੈਦਾਨ ਦੇ ਅੰਦਰ ਧੰਨ ਧੰਨ ਕਰਾਈ ਹੋਈ ਹੈ, ਬੱਲੇ ਬੱਲੇ ਵੇਟ ਦੇ ਮੈਚਾਂ 'ਚ ਇਸ ਬੱਚੇ ਨੇ ਬੜਾ ਨਾਂ ਕਮਾਇਆ, ਰਾਜਪੂਤਾਂ ਦਾ ਪੁੱਤ ਸਾਰਮ, ਉੱਧਰ ਹੋ ਗਈ ਟੱਕਰ ਸਮਾਣੇ ਦੇ, ਲੇਕਿਨ ਪੁਆਇੰਟ ਹੋ ਗਿਆ ਰੇਡਰ ਦਾ, ਪੁਆਇੰਟ ਹੋ ਗਿਆ ਸਾਰਮ ਬਾਬੇ ਦਾ, ਉੱਧਰ ਆ ਗਿਆ ਨੌਜਵਾਨ ਬੱਬਰ ਸ਼ੇਰ, ਇਸ ਸਮੇਂ ਖੇਡ ਮੈਦਾਨ ਦੇ ਅੰਦਰ ਹਲਕੇ ਹਲਕੇ ਪੱਬਾਂ ਦੇ ਨਾਲ ਜਾਂਦਾ ਹੋਇਆ, ਅੱਗੇ ਚਾਰ ਜਾਫੀਆਂ ਦੀ, ਇੱਕ ਪਾਸੇ ਬਾਲੀ, ਦੂਜੇ ਪਾਸੇ ਉਮਰ ਜਾਦੂਗਰ ਅਰਸਲਾਨ ਜੰਜੂਆ, ਵੇਖਦਿਆਂ ਕਿਹਦੇ ਨਾਲ, ਉਹ ਲੱਗ ਗਿਆ ਲੱਤੀ ਮਾਰ ਲਈ ਕੈਂਚੀ, ਫੜ ਲਿਆ ਗੁੱਟ, ਲੇਕਿਨ ਚੱਲਦਾ ਹੋਇਆ ਫਸਦਾ ਮੈਚ, ਉੱਧਰ ਘੜੀ ਦਾ ਟਾਈਮ ਟੱਕ ਟੱਕ, ਲੇਕਿਨ ਪੁਆਇੰਟ ਹੋ ਗਿਆ ਸਟਾਪਰ ਦਾ, ਕਿਆ ਬਾਤ ਹੈ ਜੀ, ਅੱਜ ਬੱਲੇ ਬੱਲੇ ਹੋ ਗਈ, ਅੱਜ ਧੰਨ ਧੰਨ ਹੋ ਗਈ, 118 ਜੀ ਮੇਵਾਠਾਂ ਦੀ ਧਰਤੀ, ਇਹ ਯੋਧਿਆਂ ਦੀ ਧਰਤੀ, ਹੇ ਮੁਸ਼ਰਫ ਜੀ ਜੰਜੂਏ ਵਰਗੇ, ਹਮਾ ਜੰਜੂਏ ਵਰਗੇ, ਉਹ ਮਾਰਿਆ ਜੀ ਟੱਚ, ਲੇਕਿਨ ਸਪੀਟਰ ਗੱਡੀ, ਇਹਨੂੰ ਕਹਿੰਦੇ ਸੀ ਘੋੜਾ, ਲੇਕਿਨ ਅੱਗੇ ਵੀ ਡੱਕ ਲੈਣ ਦੀ ਪੂਰੀ ਕੋਸ਼ਿਸ਼ ਕਰਦਿਆਂ ਹੋਇਆ, ਚੱਲਦਾ ਹੋਇਆ ਜ਼ੋਰ, ਉੱਧਰ ਧੱਫੇ ਚੱਲਦੇ ਨੇ, ਲੇਕਿਨ ਆਏ ਹਾਏ ਆਈ ਸਾਨਾਂ ਦਾ ਭੇੜ, ਆਏ ਹਾਏ, ਲੇਕਿਨ ਪੁਆਇੰਟ ਹੋ ਗਿਆ ਰੇਡਰ ਦਾ, ਕਿਆ ਬਾਤ ਹੀ, ਪੁਆਇੰਟ ਹੋ ਗਿਆ ਜਾਨੀ ਸੁਨਿਆਰੇ ਕਬੱਡੀ ਕਲੱਬ ਦਾ, ਉੱਧਰ ਵੇਖ ਬੱਬਰ ਸ਼ੇਰ ਨੌਜਵਾਨ, ਹਲਕੇ ਹਲਕੇ ਬੱਬਾ 'ਤੇ ਜਾਂਦਾ ਹੋਇਆ, ਸਮਾਣੇ ਦਾ ਰੇਡਰ, ਭਾਰੀ ਭਰਕਮ ਸਰੀਰ, ਇੱਕ ਪਾਸੇ ਜਲ ਬਾਲੀ ਜੰਜੂਆ, ਕਿਆ ਬਾਤ ਹੈ, ਮਾਰੀ ਕੈਂਚੀ, ਭਰ ਲਿਆ ਲੱਕ, ਆਈ ਸਿੱਟ, ਇਹੀ ਬਾਲੀ ਜੰਜੂਆ, ਸ਼ਾਕਰ ਜੰਜੂਏ ਦਾ ਛੋਟਾ ਵੀਰਾ, ਜਾਨੀ ਸੁਨਿਆਰੇ ਦਾ ਛਿੰਦਾ ਸ਼ਗਿਰਦ, ਅੱਲਾ ਪਾਕ ਸਾਡੇ ਫੇਡ ਤੋਂ ਮਹਿਫੂਜ਼ ਰੱਖੇ, ਸੱਟ ਮਹਿਸੂਸ ਕਰਦਾ ਹੋਇਆ ਸਮਾਣੇ ਦਾ ਇਹ ਰੇਡਰ, ਕਹਿੰਦੇ ਆ ਕਿ ਅੱਲਾ ਪਾਕ ਕਿਸੇ ਨੂੰ ਸੱਟ ਪੈਣ ਨਾ ਲੱਗੇ, ਉਸਤਾਦ ਜਾਨੀ ਸੁਨਿਆਰਾ ਚੈੱਕ ਕਰਦਿਆਂ ਹੋਇਆ, ਅੱਲਾ ਪਾਕ ਆਪਣੀ ਮਿਹਰ ਕਰੇ, ਅੱਲਾ ਪਾਕ ਕਿਸੇ ਵੀ ਖਿਲਾੜੀ ਨੂੰ ਸੱਟ ਪੇਟ ਤੋਂ ਮਹਿਫੂਜ਼ ਰੱਖੇ, ਅੱਜ ਦਾ ਸੱਜਿਆ ਹੋਇਆ ਇਹ ਮੇਲਾ 118 ਜੀਮਵੇ ਬਾਠਾਂ ਦੀ ਧਰਤੀ 'ਤੇ, ਹਜ਼ਰਤ ਬਾਬਾ ਪੀਰ ਅਬਾਸ ਅਲੀ ਸਰਕਾਰ ਦੇ ਉਰਸ ਮੁਬਾਰਕ 'ਤੇ, ਜਾਨੀ ਸੁਨਿਆਰਾ ਔਰ ਉਹਨਾਂ ਦੇ ਨਾਲ ਸਾਡੇ ਇੰਟਰਨੈਸ਼ਨਲ ਕਬੱਡਰ ਪਲੇਅਰ ਸ਼ਾਕਰ ਜੰਜੂਆ, ਔਰ ਦੂਸਰੇ ਪਾਸੇ ਦੇਖ ਅਫਜ਼ਾਲ ਜੰਜੂਆ, ਜਨਾਬ ਹੈਦਰ ਵੜੈਚ, ਜ਼ੈਦ ਜੰਜੂਆ, ਔਰ ਉਹਨਾਂ ਦੇ ਨਾਲ ਸਾਡਾ ਵੀਰਾ ਇਤਸ਼ਾਮ ਜੰਜੂਆ, ਔਰ ਸਾਡੇ ਜਿੰਨੇ ਵੀ ਵੀਰ ਨੇ ਉੱਧਰ ਵੇਖਿਆ ਜਾਏ ਤਾਂ ਹੈਦਰ ਵੜੈਚ ਦੇ ਵਾਲਦ ਸਾਹਿਬ ਅਬਦੁਲ ਖਾਲਕ ਵੜੈਚ, ਉਹਨਾਂ ਦੇ ਚਾਚਾ ਜ਼ਾਹਦ ਵੜੈਚ, ਔਰ ਉਹਨਾਂ ਦੇ ਛੋਟੇ ਵੀਰੇ, ਅੱਜ ਸੱਜਿਆ ਹੋਇਆ ਹੈ ਮੈਚ, ਅੱਜ ਸੱਜਿਆ ਹੋਇਆ ਪੰਡਾਲ, ਉੱਧਰ ਸਾਡੇ ਇਲਾਕੇ ਦਾ ਉੱਚਾ ਸੁੱਚਾ ਨਾਮ, ਸਾਡੇ ਇਲਾਕੇ ਦੀ ਪੱਗ, ਸਾਡੇ ਇਲਾਕੇ ਦਾ ਉੱਚਾ ਸ਼ਿਮਲਾ, ਜਨਾਬ ਚੌਧਰੀ ਜ਼ਾਹਦ ਮਕਸੂਦ,
ਜੰਜੂਆ ਸਾਹਿਬ ਅੱਜ ਖੇਡ ਮੈਦਾਨ ਦੇ ਨਾਲ ਜੁੜੇ ਹੋਏ, ਵੈਲਕਮ ਜੀ ਆਇਆਂ ਨੂੰ, ਸਤਿ ਬਿਸਮਿਲਾ ਜੀ। ਸਾਡੇ ਜਿੰਨੇ ਵੀ ਕਬੱਡੀ ਦੇ ਪ੍ਰਮੋਟਰ ਸਾਡੇ ਵੀਰੇ ਅੱਜ ਸਾਡੇ ਨਾਲ ਲਾਈਵ ਜੁੜੇ ਹੋਏ ਨੇ, ਅਸੀਂ ਖਿੜੇ ਮੱਥੇ ਖੁੱਲ੍ਹੀਆਂ ਬਾਹਾਂ ਦਿਲ ਦੀਆਂ ਥਾਂ ਗਰਾਈਆਂ ਤੋਂ, ਦਿਲ ਦੀਆਂ ਡੂੰਘੀਆਂ ਥਾਵਾਂ ਤੋਂ ਵੈਲਕਮ ਕਹਿੰਦੇ ਹਾਂ ਸ਼ਕੂਰਾ ਮਲਕ ਔਰ ਇਮਰਾਨ ਸੁਨਿਆਰਾ, ਅਯੂਬ ਠੇਕੇਦਾਰ, ਜਵੇਦ ਟੈਂਟ ਵਾਲਾ ਔਰ ਸਾਡੇ ਮੈਚ ਰੈਫਰ ਬਾਅਦ ਵੀ ਅੱਖ ਰੱਖਦੇ ਰਹੇ ਇਮਰਾਨ ਚੀਮਾ ਔਰ ਨਵਾਜ਼ ਜੰਜੂਆ ਔਰ ਸਾਡੇ ਇੰਟਰਨੈਸ਼ਨਲ ਕਬੱਡੀ ਪਲੇਅਰ ਰਮਜ਼ਾਨ ਉਰਫ ਜਾਨੀ ਸੁਨਿਆਰਾ। ਅੱਜ ਧੰਨ ਧੰਨ ਕਰਾਤੀ, ਅੱਜ ਬੱਲੇ ਬੱਲੇ ਕਰਾਤੀ 118 ਜੀਂਬੇ ਬਾਠਾਂ ਦੀ ਸਰਜ਼ਮੀਨ 'ਤੇ ਹਜ਼ਰਤ ਬਾਬਾ ਪੀਰ ਅਬਾਸ ਅਲੀ ਸਰਕਾਰ ਸ਼ਾਹ ਸਾਹਿਬ ਦੇ ਉਰਸੇ ਮੁਬਾਰਕ 'ਤੇ ਅੱਜ ਦਾ ਚੱਲਦਾ ਹੋਇਆ ਫਾਈਨਲ ਮੈਚ ਸਮਾਣਾ ਵਰਸਸ ਬਾਠਾਂ, ਬਾਠਾਂ ਭਾਗਾਂ ਵਾਲੀ ਧਰਤੀ ਜਿੰਨੇ ਬੜੇ ਬੱਬਰ ਸ਼ੇਰ ਪੈਦਾ ਕੀਤੇ, ਇੱਥੇ ਹਮਾਦ ਜੰਜੂਵੇ ਵਰਗੇ, ਮੁਸ਼ਰਫ ਜਵੇਦ ਜੰਜੂਵੇ ਵਰਗੇ, ਅਮਜਦ ਤਾਲੜ ਵਰਗੇ ਔਰ ਜਾਨੀ ਸੁਨਿਆਰੇ ਵਰਗੇ, ਸਾਕਬ ਜੰਜੂਆ, ਇਨਸ਼ਾਅੱਲਾ ਸਾਡਾ ਨਵੀਂ ਨਸਲ ਦਾ ਉੱਠਦਾ ਹੋਇਆ ਹੀਰਾ ਸ਼ਾਕਰ ਜੰਜੂਆ ਜਨਾਬ ਸਾਡੇ ਇਸ ਮੈਚ ਨੂੰ ਰੈਫਰ ਕਰਦਿਆਂ ਹੋਇਆਂ, ਮੁਕੇਸ਼ ਨਵਾਜ਼ ਜੰਜੂਆ ਸਾਹਿਬ ਔਰ ਉਹਨਾਂ ਦੇ ਨਾਲ ਇਮਰਾਨ ਜੰਜੂਆ ਦੋਨੋਂ ਹੀ ਮੈਚ ਰੈਫਰੀ ਬਾਜ਼ ਦੀ ਅੱਖ ਰੱਖਦੇ ਹੈ। ਕਹਿੰਦੇ ਆ ਕਿ ਫੈਸਲਾ ਜਿਹਦੇ ਵੀ ਵੱਲ ਹੋਏਗਾ, ਸਾਡੇ ਮੈਚ ਰੈਫਰੀ ਦਾ ਇਸ਼ਾਰਾ ਜਿਹਦੇ ਵੱਲ ਹੋਏਗਾ ਪੁਆਇੰਟ ਉਹਦੇ ਵੱਲ ਹੋਏਗਾ। ਲਵ ਯੂ ਜੀ ਸਾਡੇ ਦੋਵੇਂ ਮੈਚ ਅਫੀਸ਼ਲ ਜਨਾਬ ਮੁਕੇਸ਼ ਜੰਜੂਆ ਔਰ ਇਮਰਾਨ ਚੀਮਾ ਸਾਹਿਬ, ਕਿਆ ਬਾਤ ਹੈ ਜੀ। ਅੱਜ ਬਾਠਾਂ ਦੀ ਧਰਤੀ 'ਤੇ ਧੰਨ ਧੰਨ ਬੱਲੇ ਬੱਲੇ ਹੋ ਗਈ ਜੀ। ਉੱਧਰ ਵੇਖ ਆ ਗਿਆ ਵੜਾਚਾਂ ਦਾ ਪੁੱਤ ਹੈਦਰ ਵੜਾਚ, ਬੜੇ ਟੂਰਨਾਮੈਂਟ ਦੇ ਵਿੱਚ ਜੀ, ਇਲਾਕੇ ਦੇ ਜਿੰਨੇ ਵੀ ਟੂਰਨਾਮੈਂਟ ਹੋਏ ਨੇ ਉਹਨਾਂ ਦੇ ਵਿੱਚ ਹਜੇ ਤੱਕ ਟੌਪ ਰੇਡਰ ਰਿਹਾ ਹੈ ਜੀ। ਅੱਜ ਆਪਣੀ ਸਰਜ਼ਮੀਨ ਬਾਠਾਂ ਦੀ ਧਰਤੀ 'ਤੇ ਉਹ ਜਾ ਰਿਹਾ ਹਲਕੇ ਹਲਕੇ ਪੱਬਾਂ 'ਤੇ, ਅੱਗੇ ਚਾਰ ਵੱਡ ਖਾਣੇ ਸ਼ਰੀਕਾ, ਚਾਰ ਸਾਂਡ, ਅੱਗੇ ਵੇਖਦੇ ਆ ਕਿਹਦੇ ਨਾਲ ਹੁੰਦੀ ਹੈ ਟੱਕਰ, ਕਿਹਨੂੰ ਮਾਰਦੇ ਟਾ ਜਾ, ਉਹ ਵੇਖ ਉਹ ਲੱਗ ਗਿਆ ਸਮਾਣੇ ਦਾ ਬੱਬਰ ਸ਼ੇਰ, ਲੇਕਿਨ ਹੈਦਰ ਵੜੈਚ ਨਹੀਂ ਮੰਨਦਾ ਕਿਸੇ ਨੂੰ, ਕਹਿੰਦਾ ਮੈਂ ਨਹੀਂ ਫੜਾਉਣੀ ਤੈਨੂੰ ਬਾਹਰ, ਲੈ ਜਾ ਬਾਬਾ ਮੇਰਾ ਗੁੱਟ ਨਾਪ ਕੇ। ਕਿਆ ਬਾਤ ਹੈ ਜੀ, ਉਹਨੇ ਕਿਹਾ ਲੱਖਾਂ ਕਰੇ ਦਾਵਾ, ਝੰਗ ਮੰਗਾਉਣਾ ਹੋ ਨਹੀਂ ਸਕਦਾ, ਮਕਈ ਦਾ ਦਾਣਾ ਫੁੱਲਾਂ 'ਤੇ ਬਣ ਸਕਦਾ ਹੈ ਪਰ ਕਦੀ ਮਖਾਣਾ ਹੋ ਨਹੀਂ ਸਕਦਾ, ਭਾਵੇਂ ਨਾਲ ਨਾਲ ਉੱਗਿਆ ਹੋਵੇ ਜਿਉਂ, ਕਣਕ ਦਾ ਦਾਣਾ ਹੋ ਨਹੀਂ ਸਕਿਆ, ਸੱਚ ਕਹਿੰਦੇ ਨੇ ਕਿ ਤੂੰ ਬਾਅਦ ਵਾਲਾ ਹੋ ਨਹੀਂ ਸਕਦਾ। ਰਾਜਪੂਤਾਂ ਦਾ ਕਬੱਡੀ ਦੇ ਵਿੱਚ ਇਸ ਸਮੇਂ ਧੰਨ ਧੰਨ ਕਰਾਈ ਹੋਈ ਆ, ਬੱਲੇ ਬੱਲੇ ਕਰਾਈ ਇਸ ਨੌਜਵਾਨ ਦੇ, ਇਲਾਕੇ ਦੇ ਜਿੰਨੇ ਵੀ ਟੂਰਨਾਮੈਂਟ ਹੋਏ ਨੇ ਟੌਪ ਦਾ ਰੇਡਰ ਹੋਇਆ, ਨਹੀਂ ਮੰਨਦਾ ਬਈ ਸਾਰਮ ਨਹੀਂ ਮੰਨਦਾ, ਉਹ ਜਾਂਦਾ ਹੀ ਨੱਚਦਾ ਟੱਪਦਾ ਅੜੀਅਲ ਘੋੜੀ ਦੇ ਵਾਂਗੋ। ਪੁਆਇੰਟ ਹੋ ਗਿਆ ਜਾਨੀ ਸੁਨਿਆਰੇ ਕਲੱਬ ਦਾ, ਪੁਆਇੰਟ ਹੋ ਗਿਆ ਸਾਰਮ ਬਾਬੇ ਦਾ। ਉੱਧਰ ਵੇਖ ਸਮਾਣੇ ਦਾ ਨੌਜਵਾਨ ਗੱਭਰੂ ਸੋਹਣਾ ਸਰੀਰ ਕਮਾਇਆ ਹੋਇਆ, ਹਲਕੇ ਹਲਕੇ ਪੱਪਾਂ ਦੇ ਇੱਕ ਪਾਸੇ ਉਮਰ ਜਾਦੂਗਰ ਨਾਲ ਛੋਟਾ ਪ੍ਰਿੰਸ ਆਦਰ ਸੁਨਿਆਰਾ, ਉਹ ਮਾਰ ਲਈ ਉਹ ਕੈਂਚੀ, ਉਹ ਕਰਤਾ ਇੰਜਣ ਜਾਮ, ਲੇਕਿਨ ਨਹੀਂ ਭਾਈ ਕਹਿੰਦਾ ਮੈਂ ਨਹੀਂ ਮੰਨਦਾ ਕਿਸੇ ਨੂੰ ਵੀ। ਕਿਆ ਬਾਤ ਹੈ ਜੀ, ਅੱਜ ਬੱਲੇ ਬੱਲੇ ਹੋ ਗਈ ਕੌਡੀ ਦੀ। ਆ ਗਿਆ ਇੱਕ ਵਾਰੀ ਫਿਰ ਵੜੈਚਾਂ ਦਾ ਪੁੱਤ ਖੇਡ ਮੈਦਾਨ ਦੇ ਵਿੱਚ, ਅਬਦੁਲ ਖਾਲਕ ਵੜੈਚ ਦਾ ਪੁੱਤਰ
ਜ਼ਾਹਦ ਬਣਾਇ ਦਾ ਭਤੀਜ, ਆਏ ਹਾਏ ਹਾਏ ਸਦਕੇ ਜਾਵਾ ਬੱਚਿਆ, ਉਧਰ ਵੀ ਅੱਗੇ ਛੀ ਜਵਾਨ ਭੈਣ ਸਾਲਾਂ ਦੇ ਕੋਡੀ ਦਾ ਵੇਖ ਮਜ਼ਾ, ਘੜੀ ਦਾ ਸਮਾਂ ਟੱਕ 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 ਆ ਜੀ ਆਏ ਪੁਆਇੰਟ ਹੋ ਗਿਆ ਹੈਦਰ ਬਣਾਇ ਦਾ, ਜਾਨੀ ਸੁਨਿਆਰੇ ਦਾ ਛਿੰਦਾ ਸ਼ਗਿਰਦ, ਪੁਆਇੰਟ ਹੋ ਗਿਆ ਜਾਨੀ ਕਲੱਬ ਦਾ, ਉਧਰ ਵੇਖ ਆ ਗਿਆ ਨੌਜਵਾਨ ਗੱਭਰੂ ਇਸ ਸਮੇਂ ਹਲਕੇ ਹਲਕੇ ਪੱਬਾਂ ਦੇ, ਇੱਕ ਪਾਸੇ ਆਦਲ ਸੁਨਿਆਰਾ ਸ਼ਾਕਰ ਜੰਜੂਆ ਉਮਰ ਜਾਦੂਗਰ ਤੇ ਅਰਸਲਾਨ ਸੱਪ, ਟੱਕਰ ਹੋ ਗਈ ਸੱਪ ਨਾਲ, ਵੇਖਦੇ ਆ ਭਾਰੀ ਬਰਗਨ ਸੀ ਮਾਰ ਲਈ ਕੈਂਚੀ ਤੇ ਫੜ ਆ ਉਹ ਕਰਤਾ ਇੰਜਣ ਜਾਮ, ਕਿਆ ਬਾਤ ਹੈ ਜੀ, ਇਹਨੂੰ ਕਹਿੰਦੇ ਜੀ ਉਹ ਜੰਜੂਆਂ ਦਾ ਪੁੱਤਰ ਅਰਸਲਾਨ ਜੰਜੂਆ, ਜਾਨੀ ਸੁਨਿਆਰੇ ਦੀਆਂ ਕੀਤੀਆਂ ਮਿਹਨਤਾਂ ਅੱਜ ਖੇਡ ਮੈਦਾਨ ਦੇ ਅੰਦਰ ਬੱਲੇ ਬੱਲੇ ਕਰਾਤੀ ਬਈ, ਕਿਆ ਬਾਤ ਹੈ ਜੀ, ਫਾਈਨਲ ਮੈਚ ਚੱਲਦਾ ਹੋਇਆ ਹਜ਼ਰਤ ਬਾਬਾ ਪੀਰ ਅਬਾਸ ਅਲੀ ਸਰਕਾਰ ਸਾਹਿਬ ਉਸ ਦੇ ਮੁਕਾਬਲੇ, ਉਹ ਆ ਗਿਆ ਫਿਰ ਇੱਕ ਵਾਰੀ ਰਾਜਪੂਤਾਂ ਦਾ ਪੁੱਤ ਸਾਰੰਗ ਬਾਬਾ, ਟਿਕ ਟੋਕਰ ਤੇ ਬਹੁਤ ਜ਼ਿਆਦਾ ਫੈਨ ਨੇ, ਫੈਨ ਫਾਲੋਅਰ ਜੀ ਇਸ ਮੁੰਡੇ ਦੇ, ਹਲਕੀ ਜਿਹੀ ਉਮਰ ਤਜਰਬਾ ਵੱਡਾ, ਆਏ ਹਾਏ ਮਾਰਿਆ ਪ੍ਰੈਸ ਲੇਕਿਨ ਆਏ ਨੱਪ ਲਿਆ ਲੇਕਿਨ ਸਾਰੰਗ ਬਾਬਾ, ਆਏ ਕਿਆ ਬਾਤ ਆ, ਪੁਆਇੰਟ ਹੋ ਗਿਆ ਸਟਾਪਰ ਦਾ, ਪੁਆਇੰਟ ਹੋ ਗਿਆ ਸਮਾਣੇ ਵਾਲਾ ਕਬੱਡੀ ਕਲੱਬ ਦਾ, ਅਗਲੀ ਰੇਡ ਤੇ ਆ ਗਿਆ ਵੇਖ ਸਮਾਣੇ ਦਾ ਇਹ ਨੌਜਵਾਨ, ਗੁੰਦਿਆ ਹੋਇਆ ਸਰੀਰ ਸਪੀਟਰ ਗੱਡੀ ਲੇਕਿਨ ਅੱਗੇ ਵੀ ਉਮਰ ਜਾਦੂਗਰ, ਬਾਲੀ ਅਰਸਲਾਨ ਛੋਟਾ ਪ੍ਰਿੰਸ ਆਦਲ ਸੁਨਿਆਰਾ, ਜਾਨੀ ਸੁਨਿਆਰੇ ਦਾ ਭਤੀਜ ਸ਼ਬਾਸ ਸੁਨਿਆਰੇ ਦਾ ਪੁੱਤਰ ਅਰਸਲਾਨਾ, ਇੱਕ ਵਾਰੀ ਫਿਰ ਆਏ ਹਾਏ ਕਿਆ ਬਾਤ ਹੈ ਜੀ, ਲੱਗ ਗਿਆ ਸੱਪ, ਇੱਕ ਸ਼ੌਕਤ ਸੱਪਾਂ ਵਾਲਾ ਦੂਜਾ ਸਾਡੇ ਕੋਲ ਅਰਸਲਾਨ ਸੱਪਾਂ ਵਾਲਾ, ਕਿਆ ਬਾਤ ਹੈ ਜੀ, ਦੂਸਰਾ ਜੱਫਾ ਕਰਤਾ ਜੀ ਸੱਪ ਨੇ, ਉਧਰ ਜਾਨੀ ਸੁਨਿਆਰੇ ਦਾ ਛਿੰਦਾ ਸ਼ਗਿਰਦ, ਉਹ ਜਾ ਰਿਹਾ ਜੀ ਕੋਡੀ ਕੋਡੀ ਕਰਦਾ, ਕਹਿੰਦਾ ਆ ਗਿਆ ਮੈਦਾਨ ਵਿੱਚ, ਡੱਕੇਗਾ ਮੈਨੂੰ ਉਹੀ ਜਿਹੜਾ ਹੋਵੇਗਾ ਸਾਨ ਵਿੱਚ, ਹਾਏ ਹਾਏ ਪੱਟਾਂ ਨਾਲ ਜਦ ਪੱਤ ਨਹੀਂ ਕਹਿੰਦੇ, ਡੋਲਿਆਂ ਨੂੰ ਜਦ ਹੱਥ ਨਹੀਂ ਪੈਂਦੇ, ਇਹ ਕਿਹੜੇ ਪਿੰਡ ਦਾ ਗੱਭਰੂ ਹੈ, ਲੋਕੀ ਉਂਗਲਾਂ ਕਰ ਕਰ ਪੁੱਛਦੇ, ਪੁਆਇੰਟ ਹੋ ਗਿਆ ਰੇਡਰ ਦਾ, ਪੁਆਇੰਟ ਹੋ ਗਿਆ ਜਾਨੀ ਸੁਨਿਆਰੇ ਕਬੱਡੀ ਕਲੱਬ ਦਾ, ਉਧਰ ਵੇਖ ਇੱਕ ਵਾਰੀ ਫਿਰ ਉਹ ਲੱਗ ਗਿਆ ਈ ਓ ਉਮਰ ਜਾਦੂਗਰ ਪੂਰਾ ਜਾਦੂ ਜਗਾ ਗਿਆ ਜੀ, ਜਾਨੀ ਸੁਨਿਆਰੇ ਦਾ ਚਿੰਦਾ ਲੇਕਿਨ ਉਮਰ, ਆਏ ਹਾਏ ਜਾਦੂਗਰਾ ਤੇਰਾ ਜਾਦੂ ਟੁੱਟ ਗਿਆ, ਪੁਆਇੰਟ ਹੋ ਗਿਆ ਰੇਡਰ ਦਾ, ਪੁਆਇੰਟ ਹੋ ਗਿਆ ਸਮਾਣੇ ਦਾ, ਉਧਰ ਇੱਕ ਵਾਰੀ ਫਿਰ ਹੈਦਰ ਵੜਾਚ, ਆਏ ਵੜਾਚਾਂ ਦਾ ਪੁੱਤ ਬੱਲੇ ਬੱਲੇ ਧੰਨ ਧੰਨ ਕਰਾਈ ਹੋਈ ਹੈ ਇਸ ਸਮੇਂ, ਮੈਂ ਨਾ ਕਿਆ ਬਾਤ ਹੈ ਜੀ, ਉਹ ਗਿਆ ਈ ਓ ਹੈਦਰ ਵੜਾਚ, ਉਧਰ ਆ ਗਿਆ ਨੌਜਵਾਨ ਗੱਭਰੂ ਇਸ ਸਮੇਂ, ਅੱਗੇ ਚਾਰ ਵੱਢ ਖਾਣਾ ਸ਼ਰੀਕਾ, ਇੱਕ ਪਾਸੇ ਬਾਲੀ ਦੂਜੇ ਪਾਸੇ ਛੋਟਾ ਪ੍ਰਿੰਸ, ਉਹ ਆ ਗਿਆ ਵੈਸ ਕਿੰਗ, ਹਾਏ ਹਾਏ ਲਾ ਟੱਕਰ ਹੋ ਗਈ ਲੇਕਿਨ, ਹਾਏ 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 ਪੁਆਇੰਟ ਹੋ ਗਿਆ ਰੇਡਰ ਦਾ, ਪੁਆਇੰਟ ਹੋ ਗਿਆ ਸਮਾਣੇ ਦਾ, ਆ ਗਿਆ ਇੱਕ ਵਾਰੀ ਫਿਰ ਸਾਰੰਗ ਬਾਬਾ, ਜਾਨੀ ਸੁਨਿਆਰੇ ਦਾ ਛਿੰਦਾ ਸ਼ਗਿਰਦ ਰਾਜਪੂਤਾਂ ਦਾ ਇਹ ਪੁੱਤ, ਧੰਨ ਧੰਨ ਕਰਾਈਏ ਇਸ ਮੁੰਡੇ ਨੇ ਇਸ ਪੂਰੇ ਸੀਜ਼ਨ ਦੇ ਵਿੱਚ, ਇਲਾਕੇ ਦੇ ਵਿੱਚ ਜਿੰਨੇ ਵੀ ਟੂਰਨਾਮੈਂਟ ਹੋਏ ਨੇ ਬੈਸਟ ਰੇਡਰ ਹੋਇਆ ਵਾ,
ਹਾਏ ਹਾਏ ਲੇਕਿਨ ਉੱਧਰ ਵੀ ਵੇਖ, ਉੱਧਰ ਵੀ ਵੇਖ ਸਾਨਾ ਨਾਲ ਕਿਆ ਬਾਤ ਆ, ਸਮਾਣਾ ਵੀ ਪੂਰੀ ਤਿਆਰੀ ਕਰਕੇ ਆਇਆ, ਉਹ ਡੱਕ ਪਾਤੀ ਓ, ਲੇਕਿਨ ਨਹੀਂ ਪੁਆਇੰਟ ਹੋ ਗਿਆ। ਹਾਏ 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 ਪੁਆਇੰਟ ਹੋ ਗਿਆ ਸਾਰਮ ਬਾਬੇ ਦਾ, ਬੜਾ ਅਲਫਸ ਦਾ ਮੁਕਾਬਲਾ ਸੀ ਲੇਕਿਨ ਪੁਆਇੰਟ ਜੋੜਨ ਚ ਕਾਮਯਾਬ ਹੋ ਗਿਆ। ਉੱਧਰ ਵੇਖ ਸਮਾਣੇ ਦਾ ਰੇਡਰ, ਸੋਹਣਾ ਗੁੰਦਿਆ ਹੋਇਆ ਸਰੀਰ, ਇਸ ਸਮੇਂ ਧੰਨ ਧੰਨ ਕਰਾਈ ਕੋਲ ਲੱਗ ਗਿਆ ਛੋਟਾ ਪ੍ਰਿੰਸ ਚੰਗਿਆੜਾ ਕਹਿੰਦੇ ਇਹਨੂੰ, ਲੇਕਿਨ ਅੱਗੇ ਰੇਡਰ ਵੀ ਮਾਵਾਂ ਨੇ ਪੁੱਤ ਚਸਾਨ ਜੰਮੇ ਹੋਏ ਨੇ। ਆ ਗਿਆ ਇੱਕ ਵਾਰੀ ਫਿਰ ਜਾਨੀ ਸੁਨਿਆਰੇ ਕਲੱਬ ਦਾ ਤੇਜ਼ਤਰਾਰ ਰੇਡਰ, ਲੇਕਿਨ ਸਮਾਣਾ ਵੀ ਪੂਰੀ ਤਿਆਰੀ ਕਰਕੇ ਆਇਆ ਵਾ, ਵੇਖਦੇ ਆ ਕਿੰਨਾ ਟੱਕਰ। ਉਹ ਮਾਰਿਆ ਜੰਪ, ਹਾਏ ਹਾਏ ਵੇ ਹੋਏ ਉੱਡਣਾ ਸੱਪ, ਕਿਆ ਬਾਤ ਹੈ ਜੀ, ਪੁਆਇੰਟ ਹੋ ਗਿਆ ਰੇਡਰ ਦਾ, ਪੁਆਇੰਟ ਹੋ ਗਿਆ ਜਾਨੀ ਸੁਨਿਆਰੇ ਦਾ। ਸਾਢੇ ਚੌਦਾਂ ਮਿੰਟ ਹੋਏ ਨੇ। ਇਮਰਾਨ ਸਾਹਿਬ ਪੁਆਇੰਟ ਦੱਸੋ, ਦਸ ਸਤਾਰਾਂ ਮੇਰਾ ਲੋਸ ਕਰਦੇ ਕਿੱਥੇ ਗਿਆ, ਚਾਲੀ ਮਰ ਗਿਆ, ਦਸ ਸਤਾਰਾਂ ਬਾਡੋ ਨੇ ਸਤਾਰਾਂ ਤੇ ਉਹਨਾਂ ਨੇ ਦਸ ਕਿੱਥੇ ਗਿਆ ਚਾਲੀ, ਉਹ ਦਸ ਸਤਾਰਾਂ ਦੇਈ ਕਰ ਲਓ ਉੱਧਰ ਮੂੰਹ ਕਰ ਕੈਮਰੇ ਵੱਲ, ਬੰਦਾ ਸਿੰਧ ਚੋਂ ਆਉਂਦਾ ਜੇ ਆਉਂਦਾ ਨਹੀਂ ਆ ਤੇ ਲੈ ਲੈਣਾ ਆ ਜਿਹੜੇ ਆਏ ਉੱਧਰੋਂ। ਸਰਕਾਰੀ ਪੁਆਇੰਟ ਸਤਾਰਾਂ ਸਮਾਣੇ ਦੇ ਦਸ, ਕਿਆ ਬਾਤ ਹੈ ਜੀ, ਅੱਜ ਧੰਨ ਧੰਨ ਕਰਾਤੀ ਕੌੜੀ ਦੀ, ਅੱਜ ਬੱਲੇ ਬੱਲੇ ਹੋ ਗਈ, ਅੱਜ ਬਾਬੇ ਪੀਰ ਬਾਸ ਦੀ ਸਰਕਾਰ ਦੇ ਮੇਲੇ ਤੇ ਸਜਿਆ ਹੋਇਆ ਕਬੱਡੀ ਦਾ ਮੇਲਾ, ਕਿਆ ਬਾਤ ਹੈ,
ਔਰ ਇਮਰਾਨ ਚੀਮਾ ਲਾਲਾ ਰਈਸ ਔਰ ਗੁਲਾਮ ਮੁਸਤਫਾ ਜਜ਼ੀਰਾ ਉਹਨਾਂ ਨੇ ਇਹ ਬੜਾ ਹੀ ਤਗੜਾ ਈਵੈਂਟ ਕਰਵਾਤਾ ਦਾਦਾ ਪੀਰ ਅਬਾਸ ਅਲੀ ਸਾਡੇ ਇਲਾਕੇ ਦਾ ਉੱਚਾ ਸੁੱਚਾ ਨਾਮ ਉੱਚਾ ਸੁੱਚਾ ਸ਼ਿਮਲਾ ਚਮਕਦਾ ਦਮਕਦਾ ਸਿਤਾਰਾ ਜਨਾਬ ਇੱਜ਼ਤ ਬੇਹੱਦ ਮਕਸੂਦ ਦੇ ਜ਼ਿਲ੍ਹਾ ਸਾਹਿਬ ਅੱਜ ਸਾਡੇ ਨਾਲ ਖੇਡ ਮੈਦਾਨ ਦੇ ਅੰਦਰ ਜੁੜੇ ਹੋਏ ਨੇ ਅਸੀਂ ਕਿਹੜੇ ਮੱਥੇ ਸੁਣੀਆਂ ਬਾਹਰ ਚਲਦੀਆਂ ਦੁਨੀਆਂ ਥਾਵਾਂ 'ਤੇ ਵੈਲਕਮ ਜੀ ਆਇਆਂ ਨੂੰ ਔਰ ਉਹਨਾਂ ਦੇ ਨਾਲ ਅੱਜ ਦੇ ਸਾਡੇ ਚੰਦ ਹਰਿਆ ਮੈਚ ਹੈਦਰ ਗਿਰਾਏ ਕੇ ਅੱਜ ਉਹਨਾਂ ਦੇ ਪਾਪਾ ਜਰਮੀ ਅੱਜ ਉਹਨਾਂ ਦੇ ਫਾਦਰ ਅੱਜ ਉਹਨਾਂ ਦੇ ਗੁਰੂ ਚਾਰ ਜਨਾਬ ਚੌਧਰੀ ਖਾਲਕ ਮਰੈਕ ਉਹਨਾਂ ਦੇ ਨਾਲ ਉਹਨਾਂ ਦੇ ਚਾਚਾ ਜਨਾਬ ਜ਼ਾਹਿਦ ਮਰੈਕ ਅੱਜ ਆਪਣੇ ਪੁੱਤਰ ਦੀ ਖੇਡ ਦੇ ਨਾਲ ਜੁੜੇ ਹੋਏ ਆਨੰਦ ਮਾਰਦਾ ਹੋਇਆ ਆਪਣੇ ਪੁੱਤਰ ਦੇ ਮੈਦਾਨ ਦਾ ਇੱਧਰ ਟੱਕਰ ਨਹੀਂ ਮੇਰਾ ਫਰ ਜਦੋਂ ਚੱਜ ਸਮਾਈ ਹੋ ਗਿਆ ਸਾਡੇ ਇਲਾਕੇ ਦੇ ਵਿੱਚ ਜਨਾਬ
Thank you.